ਜਾਂਦੇ ਆ। ਕਿਆ ਬਾਤ ਹੈ ਜੁਗਰਾਜ ਜੀ, ਬਹੁਤ ਬਹੁਤ ਧੰਨਵਾਦ। ਉਹ ਕਿਆ ਬਾਤ ਹੈ, ਆਓ ਜੀ ਜਲਦੀ ਤੋਂ ਜਲਦੀ ਕਿਰਵਿੱਤੀ ਦੀ ਟੀਮ ਦੇ ਲਈ ਬੇਨਤੀ ਹੈ, ਜੇਕਰ ਆ ਗਏ ਜੀ ਮੈਚ ਸ਼ੁਰੂ ਗੱਲ ਕਿਹੜੀ ਹੈ ਭਾਜੀ ਉੱਥੋਂ ਲਿਆਓ ਜਾਓ। ਹਾਂਜੀ ਵਿਸ਼ੇਸ਼ ਧੰਨਵਾਦ ਜੀ ਜਸਵੰਤ ਕਾਲਾ ਜੀ ਕਾਲੀਏ ਵਾਲਾ, ਉਹਨਾਂ ਵੱਲੋਂ 1000 ਰੁਪਏ ਦਾ ਸਹਿਯੋਗ ਸਾਡੀ ਪ੍ਰਬੰਧਕ ਕਮੇਟੀ ਨੂੰ, ਬਹੁਤ ਹੀ ਧੰਨਵਾਦ ਜਸਵੰਤ ਕਾਲਾ ਜੀ ਕਾਲੀਏ ਵਾਲੇ। ਬੜੀ ਪਿਆਰੀ ਆਵਾਜ਼ ਹੈ ਸਟੇਜ ਤੋਂ ਆ ਰਹੀ ਹੈ, ਜੋ ਬੜੇ ਪਿਆਰ ਦੇ ਨਾਲ ਬੜੇ ਲਹਿਜੇ ਦੇ ਨਾਲ ਬੜੇ ਸ਼ਬਦਾਂ ਦੇ ਨਾਲ ਜਿਹੜੇ ਧੰਨਵਾਦ ਕਰ ਰਹੇ ਨੇ ਆਏ ਹੋਏ ਦਰਸ਼ਕ ਵੀਰਾਂ ਦਾ, ਉੱਥੇ ਦਾਨੀ ਸੱਜਣ ਕਿ ਅਮੀਰ ਹੋਊ ਤੇ ਬੰਦਾ ਆਪਣੇ ਘਰੇ ਹੋਊ, ਜੇਕਰ ਦਾਨੀ ਨੇ ਤੇ ਇਨਸਾਨ ਹੈ ਨੀ, ਜਿਹੜਾ ਕੜਦਾ ਨੀ ਦਸਵੰਤ ਗੁਰੂ ਘਰ ਦੇ ਲਈ ਤੇ ਉਹ ਦੋਹਾਂ ਜਹਾਨਾਂ ਚ ਪ੍ਰਵਾਨ ਹੈ ਨੀ, ਉਹ ਬੰਦਾ ਕਦੇ ਨੀ ਬਰਾੜਾ ਵੱਡਾ ਹੋ ਸਕਦਾ, ਜਿਸ ਬੰਦੇ ਦੀ ਮਿੱਠੀ ਜ਼ਬਾਨ ਹੈ ਨੀ, ਦਾਨ ਕਰਨ ਨੂੰ ਭਾਵੇਂ ਕਰੋ ਲੱਖਾਂ ਪਰ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨੀ। ਪਹਿਲੀ ਕਬੱਡੀ ਕਰਮਿੱਤੀ ਗੁਆਂਢੀ ਪਿੰਡ ਆ ਸਾਡਾ ਤੇ ਵਕੀਲਾਂ ਵਾਲੇ ਦਾ ਸਰ ਸੂਬਾ ਸਿੰਘ ਦਾ ਪੁੱਤ ਲਾ ਸੋਹਣਾ ਜੱਫਾ ਰਘਵੀਰ ਸਿੰਘ ਲਾਡਾ ਕਹਿੰਦੇ ਨੇ, ਦੋ ਵੀਰ ਕਬੱਡੀ ਖੇਡਦੇ ਨੇ। ਵੱਡੇ ਮਾਣ ਦੀ ਗੱਲ ਹੁੰਦੀ ਹੈ, ਇੱਕ ਘਰ ਦੇ ਵਿੱਚ ਭਲਵਾਨ ਤੇ ਇੱਕ ਪਿੰਡ ਦੇ ਵਿੱਚ ਸਾਣ ਪੈਦਾ ਕਰਨਾ ਬੜਾ ਔਖਾ ਹੋ ਜਾਂਦਾ, ਜਿਹਨਾਂ ਘਰਾਂ ਵਿੱਚ ਦੋ ਦੋ ਕਦੇ ਤਿੰਨ ਤਿੰਨ ਦੀ ਗੱਲ ਹੁੰਦੀ ਹੈ। ਲਓ ਸਾਹਮਣੇ ਕਬੱਡੀ ਹਰਦਿਆਲ ਸਿੰਘ ਮੰਗਲ ਸਿੰਘ USA ਵਾਲੇ ਨੇ, ਗੁਰਤੇਜ ਸਿੰਘ ਸਰਪੰਚ ਉਹਨਾਂ ਨੇ ਕਾਲੇ, ਉਹਨਾਂ ਨੇ ਐਵੇਂ ਨੀ ਮਾਨ ਦਿੱਤਾ I20 ਗੱਡੀ ਦਾ, ਮੋਤੀਆ ਵਾਲੀ ਦੇ ਕਬੱਡੀ ਕੱਪ ਦੇ, ਬੜੇ ਲਹਿਜੇ ਦੇ ਨਾਲ ਬੜੇ ਸਾਊ ਜੇ ਸੁਭਾਅ ਦਾ ਖਿਡਾਰੀ ਹੈ, ਆਪਣੀ ਮੰਜ਼ਿਲ ਤੈਅ ਕਰ ਚੁੱਕਿਆ ਹੈ, ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਜੋੜਦਾ ਹੋਇਆ। ਵੀਰ ਜੀ ਗਰਾਊਂਡ ਖਾਲੀ ਹੈ, ਇਸ ਤੋਂ ਅੱਗੇ ਤੁਸੀਂ ਦੱਸਣਾ ਕਿਹਦਾ ਮੈਚ ਕਿਹਦੇ ਨਾਲ ਖੇਡਿਆ ਜਾਣਾ। ਹਾਂਜੀ ਆ ਅਮਰਜੀਤ ਜੀ ਆ ਨੋਟ ਕਰੋ ਜੀ, ਆ ਕੇ ਪੈਸੇ ਨੋਟ ਕਰੋ। ਜਸਵੰਤ ਸਿੰਘ ਜੀ ਕਾਲਾ ਜੀ ਕਾਲੀਏ ਵਾਲਾ, ਉਹਨਾਂ ਵੱਲੋਂ 1000 ਰੁਪਏ ਦਾ ਸਹਿਯੋਗ ਸਾਡੀ ਪ੍ਰਬੰਧਕ ਕਮੇਟੀ ਨੂੰ, ਬਹੁਤ ਧੰਨਵਾਦ ਜੀ। ਨਾਲ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਸਾਡੇ ਦਰਮੂਣ ਸਿੰਘ ਜੀ ਨੱਡਾ ਸਾਹਿਬ, ਉਹਨਾਂ ਦੀ ਫੋਟੋ ਭਾਵੇਂ ਨਹੀਂ ਲੱਗ ਸਕੀ ਫਿਰ ਵੀ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ। ਪੂਰਾ 2100 ਰੁਪਇਆ ਇਸ ਕਬੱਡੀ ਦੇ ਕੁੰਭ ਦੇ ਲਈ ਉਹਨਾਂ ਨੇ ਨੇਕ ਭਾਈ ਦੇ ਵਿੱਚੋਂ ਮਾਇਆ ਦੇ ਗੱਫੇ ਦਿੱਤੇ ਨੇ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਇਸ ਪਰਿਵਾਰ ਨੂੰ। ਲਓ ਸਾਹਮਣੇ ਪਾਈ ਹੋਈ ਕਬੱਡੀ ਹੈ ਤੇ ਦੂਸਰੇ ਪਾਸੇ ਗੁਰਮਿੱਤੀ ਪਿੰਡ ਵਾਲੇ ਚਾਰੇ ਜਾਫੀਆਂ ਦੇ ਵਿੱਚੋਂ ਉਰਲੀ ਕੰਨੀ ਤੇ ਹੁਣ ਦੇਖਦੇ ਵੀ ਸਰਪੰਚ ਸੁਲਿਹਾਣੀ ਪਿੰਡ ਵਾਲਾ ਫੈਸਲੇ ਕਰਦਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਗੁਰਪ੍ਰੀਤ ਜੀ ਕਿਹੜਾ ਮੈਚ ਆਪਾਂ ਕਰਾਵਾਂਗੇ ਸੋਗਲਾ? ਸੈਕਿੰਡ ਰਾਊਂਡ ਜਿਹੜਾ ਸ਼ੁਰੂ ਹੋਣ ਜਾ ਰਿਹਾ, ਸਮਾਲਸਰ ਪਿੰਡ ਤੇ ਰੋੜੀ ਕਪੂਰਾ, ਇਹ ਜ਼ਿਲ੍ਹੇ ਫਰੀਦਕੋਟ ਦੀਆਂ ਗੱਲਾਂ ਨੇ, ਸਾਦਕ ਦੇ ਲਾਗੇ ਬੱਸੇ ਹੋਏ ਪਿੰਡਾਂ ਦੀਆਂ ਗੱਲਾਂ ਕਰਾਂਗੇ। ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਣ, ਸੈਕਿੰਡ ਰਾਊਂਡ ਦਾ ਪਹਿਲਾ ਮੁਕਾਬਲਾ ਹੋਵੇਗਾ ਖੇਡ ਮੈਦਾਨ ਦੇ ਵਿੱਚ, ਤੁਹਾਡੀ ਟੀਮਾਂ ਨੂੰ ਬੇਨਤੀ ਕਰਾਂਗੇ। ਸਮਾਲਸਰ ਪਿੰਡ ਗੋਰੇ ਨੇ ਤੇ ਅੰਗਰੇਜ਼ ਸਿੰਘ ਦਿੱਲੀ ਉਹਨਾਂ ਨੇ ਮਸ਼ਹੂਰ ਕਰ ਦਿੱਤਾ, ਔਰ ਮੈਂ ਬੇਨਤੀ ਕਰਾਂਗਾ ਗੋਰੇ ਉਹਨਾਂ ਨੂੰ ਆਪਣੀ ਟੀਮ ਲੈ ਕੇ ਜਲਦੀ ਪੁੱਜਣ ਤੇ ਨਾਲ ਰੋੜੀ ਕਪੂਰੇ ਵਾਲੇ ਸੱਜਣ ਹੈ ਬਾਹੋ ਸੋੜਿਆ ਨਹੀਂ ਰੀਸਾ
ਕਿ ਦੋ ਜਾਰਿਆਂ ਵਿੱਚ ਮਾੜਾ ਹੁੰਦਾ ਵੀਰ ਫਾਨਾ ਅੜਿਆ ਤੀਜੇ ਦਾ ਪੁਆਇੰਟ ਹਰਦਿਆਲ ਪਹਿਲਾਂ ਪਿਓ ਨੇ ਤਕੜੀ ਕਬੱਡੀ ਖੇਡੀ ਸੀ ਤਾਂ ਸਾਧੂ ਸਿੰਘ ਦੀ ਹਰਦਾਸੇ ਵਾਲੇ ਨੇ ਹੁਣ ਦੋ ਪੁੱਤ ਕਬੱਡੀ ਖੇਡਦੇ ਨੇ ਕਿ ਪਿਓ ਭਰਪੂਰ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਲਓ ਸਾਹਮਣੇ ਕਬੱਡੀ ਨੌਜਵਾਨ ਨਰਮ ਜੇ ਸੁਭਾਅ ਦਾ ਤੇ ਬੂਈਆਂ ਵਾਲੇ ਦਾ ਸੁਖਦੇਵ ਜਿੱਥੋਂ ਦਾ ਕੇਵਲ ਸਿੰਘ ਹੇਜ ਕਲੱਬ ਦਾ ਚੇਅਰਮੈਨ ਹੈ ਯੂਕੇ ਦੇ ਵਿੱਚ ਲਓ ਸਾਹਮਣੇ ਫਿਰ ਮੈਦਾਨ ਚ ਅਗਲੀ ਕਬੱਡੀ ਗੁਰਪ੍ਰੀਤ ਦੀ ਹੈ ਜਲਦੀ ਤੋਂ ਜਲਦੀ ਆਓ ਜੀ ਖੇਡ ਮੈਦਾਨ ਦੇ ਵਿੱਚ ਰੋੜੀ ਕਪੂਰਾ ਵਰਸੇ ਸਮਾਲਸਰ ਦੀਆਂ ਟੀਮਾਂ ਦੇ ਵਿੱਚ ਇਹ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਦੋਹੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨੇ ਦੇ ਵਿੱਚ ਪੁੱਜ ਜਾਣ ਟੀਮਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਆਹ ਸਾਹਮਣੇ ਇੱਕ ਪਾਸੇ ਨੌਜਵਾਨ ਮੰਜ਼ਿਲ ਤੈਅ ਕਰਦਾ ਹੋਇਆ ਕਿ ਆਪਣੀ ਮੰਜ਼ਿਲ ਤੇ ਕਦੇ ਨਹੀਂ ਪੁੱਜਦੇ ਬਿਨ ਗੁਰੂਆਂ ਤੋਂ ਚੇਲੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਜਿੱਥੋਂ ਤੇ ਮੱਲ ਨੇ ਤਕੜੀ ਕਬੱਡੀ ਖੇਡੀ ਹੈ ਜਿੱਥੋਂ ਤੇ ਬਲਕਾਰੇ ਦੀਆਂ ਗੱਲਾਂ ਨੇ ਜਿੱਥੋਂ ਤੇ ਸੂਬਾ ਸਿੰਘ ਦੀਆਂ ਗੱਲਾਂ ਨੇ ਲਓ ਸਾਹਮਣੇ ਦੇਖਣਾ ਖੇਡ ਮੈਦਾਨ ਦੇ ਵਿੱਚ ਬੂਈਆਂ ਵਾਲੇ ਦਾ ਗੱਭਰੂ ਹੋ ਪੂਰੇ ਹੁਣ ਘੇਰਦਾ ਇਸ ਨੌਜਵਾਨ ਨੂੰ ਸਮੇਂ ਦਾ ਇੰਤਜ਼ਾਰ ਕੁਝ ਪਲ ਬਾਕੀ ਤੇ ਪੁਆਇੰਟ ਆਓ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵਕੀਲਾਂ ਵਾਲਾ ਪਿੰਡ ਦੋ ਟੀਮਾਂ ਖੇਡ ਰਹੀਆਂ ਨੇ ਵਕੀਲਾਂ ਵਾਲੇ ਪਿੰਡ ਦੀਆਂ ਇੱਕ ਬਾਬਾ ਗੋਬਿੰਦ ਦਾਸ ਜੀ ਦੇ ਨਾਂ ਤੇ ਖੇਡ ਰਹੀ ਹੈ ਦੂਸਰੀ ਪਿੰਡ ਦੇ ਲਈ ਖੇਡਦੇ ਨੇ ਦੋਹੇ ਖੇਡ ਮੈਦਾਨ ਦੇ ਵਿੱਚ ਟੀਮਾਂ ਅੱਜ ਆਪਣਾ ਵੱਖਰਾ ਜਿਹਾ ਪਿਆਰ ਕਰਨਗੀਆਂ ਛੱਡਣਗੀਆਂ ਲਓ ਸਾਹਮਣੇ ਖੇਡ ਵਿੱਚ ਕਦੇ ਗੁੱਟ ਫੜਦਾ ਹੈ ਪਰ ਨਹੀਂ ਉਹ ਤਾਂ ਹੌਲੀ ਹੌਲੀ ਮੰਜ਼ਿਲ ਤੈਅ ਕਰਨੀ ਪੈਂਦੀ ਹੈ ਐਵੇਂ ਨਹੀਂ ਕਬੱਡੀ ਦਾ ਸਟਾਰ ਬਣਿਆ ਜਾਂਦਾ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਜਾਂ ਕੋਈ ਤਕੜਾ ਨਹੀਂ ਸਿੱਧਾ ਜੰਮ ਦਿੰਦਾ ਰਾਤੋਂ ਰਾਤ ਜਿਹੜਾ ਫਿਰਦਾ ਪਣ ਨੂੰ ਸਟਾਰ ਤੇ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਲਾ ਮੌਲਾ ਮੋਣਾ ਗੱਲ ਸੱਚ ਲਿਖਦਾ ਕਿ ਹੌਲੀ 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 ਬੰਦਾ ਪੌੜੀ ਚੜ੍ਹਨੀ ਸਿੱਖਦਾ ਪਾ ਵੀ ਭਲਵਾਨਾ ਕਬੱਡੀ ਰੋੜੀ ਕਪੂਰੇ ਕਿੱਥੇ ਨੇ ਹੱਥ ਖੜਾ ਕਰੋ ਖਾ ਸਮਾਲਸਰ ਸਾਹਮਣੇ ਟੀਮ ਦਿਸ ਰਹੀ ਹੈ ਇੱਕ ਮਿੰਟ ਆ ਦੋਹਾਂ ਟੀਮਾਂ ਦੇ ਲਈ ਇਹ ਨੋਟ ਕਰ ਲੈ ਟੀਮਾਂ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸਭ ਟੀਮਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਲਓ ਸਾਹਮਣੇ ਹਿੱਕ ਵਾਲੇ ਬਲ ਦੀਆਂ ਗੱਲਾਂ ਹੋਣੀਆਂ ਨੇ ਅੱਜ ਇਸ ਖੇਡ ਮੈਦਾਨ ਦੇ ਵਿੱਚ ਕਿਹੜੀ ਜਿੱਤੂ ਆ ਜੀ ਇਸ ਮੁਕਾਬਲੇ ਵਿੱਚ ਭਾਜੀ ਨੋਟ ਕਰਿਆ ਜੇ ਵਕੀਲਾਂ ਵਾਲੇ ਦੀ ਟੀਮ ਜਿੱਤ ਚੁੱਕੀ ਹੈ ਅਗਲੀਆਂ ਟੀਮਾਂ ਹੁਣ ਜਲਦੀ ਆ ਜਾਓ ਖੇਡ ਮੈਦਾਨ ਦੇ ਵਿੱਚ ਸਮਾਲਸਰ ਵਰਸੇ ਰੋੜੀ ਕਪੂਰਾ ਹਾਂਜੀ ਭਾਜੀ ਹੈਲੋ
ਨਾਲ ਹੀ ਦੂਸਰਾ ਮੈਚ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ ਮਚਾਕੀ ਮੱਲ ਸਿੰਘ ਵਾਲਾ ਵਰਸ ਬਾਬਾ ਹੀਰਾ ਦਾਸ ਕਲੱਬ ਮਾਲਾ। ਤੀਸਰਾ ਮੈਚ ਹੋਵੇਗਾ ਮਾਲਾ ਖੁਰਦ ਵਰਸ ਪੜਾਣਾ। ਚੌਥਾ ਮੈਚ ਹੋਵੇਗਾ ਚੰਦੜ ਵਰਸ ਪਹਿਲੂ ਵਾਲਾ। ਪੰਜਵਾਂ ਮੈਚ ਹੋਵੇਗਾ ਲੱਲੇ ਵਰਸ ਵਕੀਲਾਂ ਵਾਲਾ। ਬਾਦਸ਼ਾਹ ਬੜੇ ਤਕੜੇ ਮੈਚ ਖੇਡੇ ਜਾ ਰਹੇ ਨੇ। ਪਾਲ ਜੀ ਪੁੱਜੇ ਨੇ, ਕੱਲ ਕੁੱਤਿਆਂ ਦੀਆਂ ਟਰੈਕ ਦੌੜਾਂ ਹੋਈਆਂ, ਬੱਲੇ ਬੱਲੇ ਕਰਾਈ ਹੈ। ਦੋਹੇ ਟੀਮਾਂ ਇੱਕੋ ਮਿੰਟ ਦਾ ਸਮਾਂ, ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਦੋਹਾਂ ਟੀਮਾਂ ਨੂੰ ਬੇਨਤੀ ਹੈ। ਬਾਬਾ ਗਾਂਧੀ ਜੀ ਖਾਰੇ ਵਾਲੇ ਫਰੀਦਕੋਟ, ਕਿਆ ਬਾਤ ਹੈ, ਜਿਨ੍ਹਾਂ ਦੇ ਸੈਂਕੜੇ ਖਿਡਾਰੀ ਅੱਜ ਵੱਖ ਵੱਖ ਕੰਟਰੀਆਂ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਨੇ ਤੇ ਕੁਝ ਇਹਨਾਂ ਤੋਂ ਸਿੱਖਿਆ ਲੈ ਰਹੇ ਨੇ। ਜਗਦੀਪ ਬਰਾੜ ਜੀ ਪੁੱਜੇ ਨੇ ਹਰੀ ਕੇ ਕਲਾਂ ਵਾਲੇ। ਨਾਲ ਦੀ ਨਾਲ ਅਸੀਂ ਵਿਸ਼ੇਸ਼ ਧੰਨਵਾਦ ਕਰਾਂਗੇ ਸਰਦਾਰ ਬੇਜਰ ਸਿੰਘ ਜੀ, ਸਾਡੇ ਸਰਾਂ ਸਾਹਿਬ ਨੇ ਪੂਰਾ 3100 ਰੁਪਇਆ, ਕਿਉਂਕਿ ਦਾਨੀ ਸੱਜਣਾ ਦੇ ਇਹ ਪਿਆਰ ਦੇ ਨਾਲ ਹੀ ਖੇਡਾਂ ਹੁੰਦੀਆਂ ਨੇ ਤੇ ਉਹਨਾਂ ਦਾ ਨਾਂ ਲੈਣਾ ਬੜੇ ਅਦਬ ਦੇ ਨਾਲ ਸਾਡਾ ਬਹੁਤ ਵੱਡਾ ਤੇ ਜ਼ਰੂਰੀ ਕੰਮ ਹੈ। ਸਰਦਾਰ ਜਸਵਿੰਦਰ ਸਿੰਘ ਜੀ ਪੰਨੂ ਸਾਹਿਬ ਪੂਰਾ 3100 ਰੁਪਇਆ ਹੈ। ਸ਼੍ਰੀ ਸਤੀਸ਼ ਕੁਮਾਰ ਜੀ ਕਾਮਰੇਡ ਸਾਹਿਬ 3100 ਰੁਪਇਆ। ਨਾਲ ਸਾਡੇ ਵੀਰ ਨੇ ਸਰ ਰੇਸ਼ਮ ਸਿੰਘ ਜੀ 3100 ਰੁਪਇਆ, ਸਰ ਅਵਤਾਰ ਸਿੰਘ ਜੀ ਲਾਈਨਮੈਨ ਨੇ 3100 ਰੁਪਇਆ, ਸਰ ਜਗਰਾਜ ਸਿੰਘ ਜੀ ਮੈਂਬਰ ਸਾਹਿਬ 3100 ਰੁਪਇਆ, ਕੁਲਜੀਤ ਸਿੰਘ ਜੀ 2600 ਰੁਪਇਆ, ਸਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਕਬੱਡੀ ਜਗਤ ਦੇ ਵਿੱਚ ਦੱਸ ਦਿੱਤਾ ਕਿ ਇਸ ਨਗਰ ਦਾ ਵੀ ਹੀਰਾ ਖਿਡਾਰੀ ਹੈ, ਸੋ ਉਹਨਾਂ ਦੇ ਵੱਡੇ ਪਿਆਰ ਨੇ 2500 ਰੁਪਇਆ ਨਾਲ ਵੱਡੇ ਮਾਨ ਦਿੱਤੇ ਜਾ ਰਹੇ ਨੇ। ਹਾਂਜੀ ਭਾਜੀ, ਸਰਦਾਰ ਰੇਸ਼ਮ ਸਿੰਘ ਜੀ ਕਬੱਡੀ ਖਿਡਾਰੀ ਸਾਡੇ ਭੰਬੇ ਲੰਡਿਆਂ ਵਾਲੇ ਜਿਨ੍ਹਾਂ ਨੇ ਕਬੱਡੀ ਖੇਡੀ ਹੈ, ਬਰਾੜ ਸਾਹਿਬ ਬਲਦੇਵ ਸਿੰਘ ਜੀ ਉਹ ਵਾਕਿਆ ਹੀ ਇਸ ਕਬੱਡੀ ਨੂੰ ਪਿਆਰ ਕਰਦੇ ਨੇ, ਪੂਰਾ 1100 ਰੁਪਏ ਆਪਣੀ ਕਮੇਟੀ ਨੂੰ ਮਾਨ ਦੇ ਰਹੇ ਨੇ। ਅਜੋ ਭਾਜੀ ਖਜ਼ਾਨਾ ਮੰਤਰੀ ਜੀ ਰੁਪਈਏ ਇਕੱਠੇ ਕਰਕੇ ਤੁਹਾਡੀ ਸਾਰੀ ਇਹ ਜ਼ਿੰਮੇਵਾਰੀ ਸੌਂਪ ਦਿੱਤੀ, ਤੁਹਾਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਾਇਆ ਬਲਦੇਵ ਸਿੰਘ ਜੀ ਲੈਣਗੇ ਤੇ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਕਰ ਲਓ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਕਿਉਂਕਿ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਨੇ, ਕੁਝ ਲੰਗਰ ਦੀ ਸੇਵਾ ਦੇ ਵਿੱਚ ਲੱਗ ਰਹੇ ਨੇ। ਦੂਜੇ ਰਾਊਂਡ ਦੇ ਜਿੰਨੇ ਵੀ ਮੈਚ ਹੋਣਗੇ 14.5-15 ਪੁਆਇੰਟ ਹੋਣਗੇ, ਕੋਈ ਵੀ ਖਿਡਾਰੀ ਵੱਧ ਘੱਟ ਟਾਈਮ ਮੰਗਣ ਦੀ ਕੋਈ ਹਾਲਤ ਨਾ ਕਰੇ। ਨਾਲ ਹੀ ਆਉਣ ਵਾਲੀ 2 ਤੇ 3 ਤਰੀਕ ਜਿਹੜੀ ਹੈ ਜੈਦਾਂ ਵਾਲਾ ਬਾੜਾ ਜਿਹੜਾ ਹੈ ਉੱਥੇ ਕਬੱਡੀ ਦਾ ਮਹਾਂਕੁੰਭ ਹੋਵੇਗਾ, ਜਿੱਦਾਂ ਆਪਾਂ ਇੱਥੇ ਇਕੱਠੇ ਹੋਏ ਹਾਂ। ਪਹਿਲੀਆਂ 16 ਟੀਮਾਂ ਦੀਆਂ ਪਰਚੀਆਂ ਪਾ ਕੇ ਉਹਨਾਂ ਦੇ ਲਈ ਇੱਕ ਜੂਸਰ ਜਾਣੀ ਮਿਕਸੀ ਦਿੱਤੀ ਜਾਵੇਗੀ, ਉਹਨਾਂ ਖਿਡਾਰੀਆਂ ਨੂੰ ਜੂਸ ਬਣਾ ਕੇ ਪੀਣ ਦੇ ਲਈ ਜਿਹੜੀਆਂ ਪਹਿਲੀਆਂ 16 ਟੀਮਾਂ ਪੁੱਜਣ ਗਿਆ ਉਹਨਾਂ ਦੇ ਇਨਾਮ ਕੱਢੇ ਜਾਣਗੇ। ਜਲਦੀ ਆਓ ਜੀ ਖੇਡ ਮੈਦਾਨ ਦੇ ਵਿੱਚ ਸਮਾਲਸਰ ਤੇ ਰੋੜੀ ਕਪੂਰਾ।
ਕਿਹੜਾ ਕਰ ਲਾ ਕਿੰਨੇ ਕਿਹੜੇ ਕਿਹੜੇ ਕਿਹੜਾ ਹਾਂਜੀ ਆਪਾਂ ਕੁਝ ਨੀ ਬੋਲਿਆ ਟਾਸੀ ਹੋਊਗੀ ਫਿਰ ਜਦ ਬੋਲਿਆ ਨੀ ਆਪਾਂ ਦੂਸਰੇ ਰਾਊਂਡ ਦੇ ਵਿੱਚ ਨਹੀਂ ਬੋਲਿਆ ਕੁਝ ਵੀ ਆਪਾਂ ਇਸ ਲਈ ਗੁਰਪ੍ਰੀਤ ਜੀ ਕਿੰਨੀਆਂ ਕਿੰਨੀਆਂ ਕਬੱਡੀਆਂ ਆਪਾਂ ਦੇ ਰਹੇ ਇਸ ਰਾਊਂਡ ਦੇ ਵਿੱਚ ਸਾਢੇ ਪੰਦਰਾਂ ਜਾਂ ਸੋਲਾਂ ਜਿਸ ਟੀਮ ਦੇ ਪੁਆਇੰਟ ਹੋਣਗੇ ਬਰਾੜਾ ਉਹ ਟੀਮ ਜਿੱਤਣੀ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣੀ ਖੇਡ ਖੇਡੀ ਜਾ ਰਹੀ ਹੈ ਮੈਚ ਪਲੇ ਕੀਤਾ ਜਾਵੇ ਖੇਡ ਮੈਦਾਨ ਦੇ ਵਿੱਚ ਦੋਹੀ ਪਾਸੇ ਬੜੇ ਸੋਹਣੇ ਖਿਡਾਰੀ ਨੇ ਸਰਬਜੀਤ ਸਿੰਘ ਪ੍ਰਧਾਨ ਜੀ ਪਲੀਜ਼ ਸਟੇਜ ਦੇ ਸਾਹਮਣੇ ਆਓ ਜੀ ਸਰਬਜੀਤ ਸਿੰਘ ਗਿੱਲ ਪ੍ਰਧਾਨ ਬਾੜਾ ਜਵਾਹਰ ਸਿੰਘ ਵਾਲੀ ਦੀ ਧਰਤੀ ਤੇ ਕਬੱਡੀ ਦਾ ਮਹਾਂਕੁੰਭ 2-3 ਵਾਰ ਗਿਆ ਜਿੱਥੇ ਕਬੱਡੀ ਓਪਨ ਹੈ ਕਬੱਡੀ 72 ਕਿਲੋ ਹੈ ਕਬੱਡੀ 60 ਕਿਲੋ ਹੈ ਤੇ ਨਾਲ ਟਰਾਲੀ ਬੈਕ ਮੁਕਾਬਲੇ ਕਰਾਏ ਜਾ ਰਹੇ ਨੇ ਸਭ ਟੀਮਾਂ ਨੋਟ ਕਰ ਲੈਣ ਦਰਸ਼ਕ ਵੀਰ ਆਉਣ ਵਾਲੀ 2-3 ਵਾਰ ਚ ਲਾਗਲੇ ਪਿੰਡ ਨੇ ਸਾਰੇ ਆਪਣੇ ਬਾੜਾ ਜਵਾਹਰ ਸਿੰਘ ਵਾਲੇ ਵਿੱਚ ਕਬੱਡੀ ਦਾ ਮਹਾਂਕੁੰਭ ਹੋਵੇਗਾ ਵੱਡੇ ਮਾਣ ਸਨਮਾਨ ਦਿੱਤੇ ਜਾਣੇ ਨੇ ਖਿਡਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਰੇ ਭਰਾਵਾਂ ਦਾ ਲਓ ਖੇਡ ਮੈਦਾਨ ਦੇ ਵਿੱਚ ਰੋਡੀ ਕਪੂਰਾ ਹਾਂਜੀ ਟੋਨੀ ਸਰਾ ਟੋਨੀ ਸਰਾ ਆਸਟ੍ਰੇਲੀਆ ਪਲੀਜ਼ ਸਟੇਜ ਦੇ ਸਾਹਮਣੇ ਆਓ ਜੀ ਲਓ ਸਭ ਨੇ ਸਮਾਲਸਰ ਦੀ ਟੀਮ ਖੇਡ ਮੈਦਾਨ ਦੇ ਵਿੱਚ ਜ਼ਿਲ੍ਹਾ ਮੋਗਾ ਹੈ ਇਹਨਾਂ ਨੌਜਵਾਨਾਂ ਦਾ ਬਾਗੇ ਪੁਰਾਣੇ ਦਾ ਏਰੀਆ ਹੈ ਸਭ ਨੇ ਚੜ੍ਹਦੇ ਵਾਲੇ ਪਾਸੇ ਹੈ ਲਹਿੰਦੇ ਵਾਲੇ ਪਾਸੇ ਦੇਖਾਂਗੇ ਆਪਾਂ ਵੀ ਰੋੜੀ ਕਪੂਰਾ ਪਿੰਡ ਸਾਦਕ ਦੇ ਲਾਗੇ ਬੱਸੇ ਹੋਏ ਪਿੰਡਾਂ ਦੀ ਗੱਲ ਆ ਪਹਿਲੀ ਕਬੱਡੀ ਬਿੰਦੂ ਨੌਜਵਾਨ ਹੈ ਹੁਣ ਚਾਰ ਜਾਫੀ ਹੈ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਕੌਡੀ ਪਾਈ ਹੋਵੇ ਮੈਚ ਲੱਗਾ ਦੇਖ ਤਾੜੀ ਦਰਸ਼ਕਾਂ ਵਜਾਈ ਹੋਵੇ ਟੱਚ ਲਾ ਹੰਧਿਆਂ ਦੇ ਕੋਲੇ ਖੜਦਾ ਤੇ ਫੇਰ ਦਿਲ ਗੱਭਰੂ ਦਾ ਉੜਜੋ ਕਰਦਾ ਫੇਰ ਦਿਲ ਗੱਭਰੂ ਦਾ ਪਹਿਲਾ ਪੁਆਇੰਟ ਹੁਣ ਦੇਖਿਆ ਆਪਾਂ ਵੀ ਇਹਨਾਂ ਨੌਜਵਾਨ ਫਰੀਦਕੋਟੀਆਂ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਦੂਸਰੇ ਪਾਸੇ ਹਾਕਮ ਸਿੰਘ ਦਾ ਪੁੱਤ ਹੈ ਨਾਮ ਮੰਦਰ ਹੈ ਔਰ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਰੋਡਿਆਂ ਵਾਲੇ ਰੋਡੇ ਪਿੰਡ ਹੈ ਇਸ ਨੌਜਵਾਨ ਦਾ ਖੇਡ ਮੈਦਾਨ ਦੇ ਵਿੱਚ ਪਹਿਲਾ ਪੁਆਇੰਟ ਲੈ ਕੇ ਵਾਪਸ ਮੁੜਿਆ ਤੇ ਇੱਕ ਪਾਸੇ ਜੈਤੋ ਦੇ ਭਾਊ ਮਸ਼ਹੂਰ ਨੇ ਜੈਤੋ ਮੋਰਚਿਆਂ ਦੀ ਧਰਤੀ ਹੈ ਕੇਵਲ ਪੁੱਜਿਆ ਲਾਲ ਕੱਛੇ ਦੇ ਵਿੱਚ ਖੜਾ ਨੌਜਵਾਨ ਜਿਸ ਨੌਜਵਾਨ ਦੀ ਖੇਡ ਦੇ ਪੰਜਾਬੀ ਦੀਵਾਨੇ ਨੇ ਇੱਕ ਪਾਸੇ ਲੱਖੀ ਹੈ ਨਾਲ ਕਾਰਾ ਔਰ ਨਾਲ ਗੋਰਾ ਚਾਰੇ ਕਹਿੰਦੇ ਵੀ ਥਮਲਿਆਂ ਵਰਗੇ ਮੁੰਡੇ ਨੇ ਹੁਣ ਪਤਾ ਲੱਗੇਗਾ ਖੇਡ ਮੈਦਾਨ ਦੇ ਵਿੱਚ ਕਿ ਇੱਕ ਵਾਲੇ ਜੋਰ ਅੱਗੇ ਦੁਨੀਆ ਲਿਆਉਂਦੀ ਹੈ ਅੱਜ ਦੇਖਾਂਗੇ ਫਿਰ ਕਿਹੜੇ ਕਿਹੜੇ ਖਿਡਾਰੀ ਦੇ ਉੱਤੇ ਰੰਗ ਮਿਹਨਤ ਲਿਆਉਂਦੀ ਹੈ ਪੱਪੂ ਨੌਜਵਾਨ ਟੇਕ ਧਰਤੀ ਮਾਂ ਨੂੰ ਮੱਥਾ
ਲਾ ਸਾਹਮਣੇ ਝੁੱਕਿਆ ਨੌਜਵਾਨ ਜਾ ਕੇ ਝੁੱਕਿਆ ਸਾਹਮਣੇ ਈਨ ਨਹੀਂ ਮੰਨਦਾ ਨੌਜਵਾਨ ਛੋਟਾ ਜਿਹਾ ਬੱਚਾ ਸਟੰਟ ਕਰ ਰਿਹਾ ਇਹਦੇ ਵੀ ਮਾਨ ਕਰਾਂਗੇ ਆਪਾਂ ਲਾ ਸਾਹਮਣੇ ਪੱਕੇ ਵਾਲਾ ਲੱਖਾ ਪੂਰੀ ਤਿਆਰੀ ਦੇ ਵਿੱਚ ਹੈ ਪਾਕਿਸਤਾਨ ਖੇਡਿਆ ਨੌਜਵਾਨ ਹੁਣ ਦੇਖਾਂਗੇ ਇਸ ਨੌਜਵਾਨ ਦੀ ਗੱਲ ਰੈਫਰੀ ਦਾ ਫੈਸਲਾ ਮੰਨਣਾ ਪੈਣਾ ਇੱਧਰ ਸਨਮਾਨ ਹੋਣ ਜਾ ਰਿਹਾ ਜੀ ਮਹਿੰਦਰ ਸਿੰਘ ਜੀ ਸਰਾ ਮਾਸਟਰ ਬਲਦੇਵ ਸਿੰਘ ਜੀ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਨਮਾਨ ਲੈ ਸਕਦਾ ਜੀ ਸਟੇਜ ਦੇ ਸਾਹਮਣੇ ਆ ਕੇ ਮਹਿੰਦਰ ਸਿੰਘ ਸਰਾ ਮਾਸਟਰ ਬਲਦੇਵ ਸਿੰਘ ਦਲਜੀਤ ਸਿੰਘ ਸੰਘਾ ਤਰਸੇਮ ਸਿੰਘ ਸਰਾ ਸਵਰਨ ਸਿੰਘ ਖਹਿਰਾ ਮਲਕੀਤ ਸਿੰਘ ਬਿਜਲੀਵਾਲਾ ਮਹਿੰਦਰ ਸਿੰਘ ਹਾਕਮ ਗੁਰਚਰਨ ਸਿੰਘ ਗਿੱਲ ਟੇਕ ਸਿੰਘ ਸਰਾ ਬਾਬਾ ਕਾਲੇ ਸ਼ਾਹ ਜੀ ਪਿਆਰਾ ਸਿੰਘ ਥਿੰਦ ਅਜਮੇਰ ਡੀ ਜੇ ਗੁਰਨਾਮ ਸਿੰਘ ਸੰਧੂ ਲਖਵੀਰ ਸਿੰਘ ਨੰਦਾ ਭੁਪਿੰਦਰ ਸਿੰਘ ਵੈਟਨਰੀ ਡਾਕਟਰ ਸਰਦਾਰ ਰਣਜੋਤ ਸਿੰਘ ਬਰਾੜ ਗੁਰਚਰਨ ਸਿੰਘ ਸਾਨੋ ਪਿਆਰਾ ਸਿੰਘ ਨਿਸ਼ਾਨ ਸਿੰਘ ਸੰਧੂ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆ ਕੇ ਸਨਮਾਨ ਲੈ ਸਕਦਾ ਹਾਂ ਜੀ ਆਦੋ ਜੀ ਭਾਈ ਮਹਿੰਦਰ ਸਿੰਘ ਸਰਾ ਜੀ ਨਾਲ ਦੀ ਨਾਲ ਵਿਸ਼ੇਸ਼ ਸਨਮਾਨ ਦਿੱਤੇ ਜਾ ਰਹੇ ਨੇ ਇਹਨਾਂ ਨੌਜਵਾਨ ਵੀਰਾਂ ਵੱਲੋਂ ਪੂਰੇ ਪਿੰਡ ਵੱਲੋਂ ਜਿਨ੍ਹਾਂ ਦਾਨੀ ਸੱਜਣਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਡੇ ਯੋਗਦਾਨ ਦਿੱਤੇ ਨੇ ਉਹਨਾਂ ਦੇ ਵਿਸ਼ੇਸ਼ ਸਨਮਾਨ ਦੇ ਕੇ ਸਾਡੇ ਵੀਰ ਮਾਣ ਮਹਿਸੂਸ ਕਰ ਰਹੇ ਨੇ ਔਰ ਅਗਲੇ ਸਾਲ ਦੇ ਲਈ ਉਹਨਾਂ ਤੋਂ ਪੂਰੀ ਆਸ ਰੱਖਦੇ ਨੇ ਕਿ ਪੂਰੇ ਮਾਇਆ ਦੇ ਗੱਫੇ ਲਵਾਂਗੇ ਹਾਲ ਸਾਡੇ ਬਿੱਟੂ ਜੀ ਝੰਜੀਆਂ ਵਾਲੇ ਪੁੱਜੇ ਨੇ ਪਲੀਜ਼ ਕਿਰਪਾ ਕਰਕੇ ਸਟੇਜ ਤੇ ਆ ਜਾਣ ਲੈ ਇੱਕ ਪਾਸੇ ਆਹ ਨੌਜਵਾਨ ਹੈ ਲੱਕੀ ਕਹਿੰਦੇ ਇਸ ਨੌਜਵਾਨ ਨੂੰ ਬਹੁਤ ਸੋਹਣਾ ਲਾ ਜੱਫਾ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਜੋੜ ਦਿੱਤਾ ਕਬੱਡੀ ਬੱਬੂ ਦੀ ਹੈ ਲੱਖਿਆ ਜਿੱਦਾਂ ਪਾਕਿਸਤਾਨ ਦੀ ਧਰਤੀ ਤੇ ਬੱਲੇ ਬੱਲੇ ਕਰਾਈ ਹੈ ਸੁਲਿਹਾਣੀ ਵਾਲੇ ਰਾਜੂ ਨੇ ਇੰਗਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਾਈ ਹੈ ਲਾ ਪੱਕੇ ਵਾਲਾ ਸਾਹਮਣੇ ਮੂਹਰੇ ਹੋ ਕੇ ਹੌਸਲਾ ਕਰਕੇ ਭੂਤਰਿਆ ਸਾਣ ਸਿੰਘਾਂ ਤੋਂ ਫੜ ਕੇ ਜੱਫਾ ਲਾ ਹੀ ਜਾਂਦੇ ਨੇ ਚੰਗੇ ਕੋਚ ਸਿਆਣੇ ਮਾਪੇ ਜੀਣ ਦਾ ਢੰਗ ਸਿਖਾ ਹੀ ਜਾਂਦੇ ਨੇ ਜੱਗਾ ਸਾਡਾ ਵੀਰ ਕੈਨੇਡਾ ਦੇ ਵਿੱਚ ਭਾਵੇਂ ਬੈਠਾ ਸਾਰਾ ਦਿਲ ਲਾਈ ਬੈਠਾ ਇਸ ਖੇਡ ਮੈਦਾਨ ਦੇ ਨਾਲ ਇੱਕ ਪਾਸੇ ਬਿੰਦੂ ਹੈ ਰੱਜ ਰੱਜ ਕੇ ਕਰ ਲੈ ਪਿਆਰ ਸੋਹਣਿਆ ਵੇਲਾ ਮੁੜ ਨਹੀਂ ਆਉਣਾ ਰੱਜ ਰੱਜ ਕੇ ਕਰ ਲੈ ਪਿਆਰ ਸੋਹਣਿਆ ਨਾਲ ਰੰਗ ਬਿਰੰਗੇ ਝੰਡੇ ਆ ਔਰ ਰੰਗ ਬਿਰੰਗੀਆਂ ਦਸਤਾਰਾਂ ਕੁਲਵੰਤ ਭਰਾਣੀ ਵਾਲਾ ਦੇਖਦਾ ਕਿ ਬਾਕੀ ਮੇਰੇ ਪੰਜਾਬ ਦੇ ਹੀਰੇ ਗੱਭਰੂ ਖੇਡ ਖੇਡ ਰਹੇ ਨੇ ਨਾਲ ਮੰਦਿਰ ਦੀ ਪਾਈ ਹੋਈ ਕਬੱਡੀ ਆਲੋ ਜੀ ਇੱਧਰ ਇੱਕ ਵਾਰੀ ਫਿਰ ਨੋਟ ਕਰੋ ਮਾਸਟਰ ਬਲਦੇਵ ਸਿੰਘ ਜੀ ਸਨਮਾਨ ਲੈ ਲਓ ਜੀ ਦਲਜੀਤ ਸਿੰਘ ਸੰਘਾ ਜੀ ਤਰਸੇਮ ਸਿੰਘ ਸਰਾ ਸਵਰਨ ਸਿੰਘ ਖਹਿਰਾ ਮਲਕੀਤ ਸਿੰਘ ਬਿਜਲੀਵਾਲਾ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਧਰ ਸਟੇਜ ਦੇ ਸਾਹਮਣੇ ਆ ਕੇ ਆਪਣਾ ਸਨਮਾਨ ਲੈ ਸਕਦਾ ਜੀ ਸੂਬੇਦਾਰ ਜਸਵੀਰ ਸਿੰਘ ਜੀ ਵੱਡਾ ਮਾਣ ਜਿਹੜਾ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਮੇਰੇ ਪੰਜਾਬ ਦੇ ਪੰਜਾਬੀਆਂ ਉੱਤੇ ਲਓ ਸਾਹਮਣੇ ਪੰਜਾਬੀਆਂ ਨੇ ਪੰਜਾਬ ਦੀ ਜਵਾਨੀ ਬਚਾਤੀ ਕੱਖਾਂ ਦੀ ਕੌਡੀ ਅੱਜ ਲੱਖਾਂ ਤੋਂ ਕਰੋੜਾਂ ਦੀ ਬਣਾਤੀ ਇਸ ਖੇਡ ਦੀ ਮੱਲ ਵੱਡੀ ਹੈ ਮਾਰੀ ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰਾ ਕੌਡੀ ਦੇ ਖਿਡਾਰੀ ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰਾ ਕੌਡੀ ਦੇ ਖਿਡਾਰੀ ਕਬੱਡੀ ਬੱਬੂ ਨੇ ਪਾਈ ਹੈ
ਕੱਦ ਭਾਵੇਂ ਗੋਲ ਜਿਹਾ ਨੌਜਵਾਨ ਦਾ ਪਰ ਪੱਟਾਂ ਦੇ ਨਾਲ ਪੱਟ ਨੇ ਖਹਿੰਦੇ ਤੇ ਡੌਲਿਆਂ ਨੂੰ ਹੁਣ ਹੱਥ ਵੀ ਪੈਂਦੇ ਮੁੰਡੇ ਵਿੱਚ ਪੂਰੀ ਹੈ ਜਿੱਦ ਜਾਣ ਤੇ ਲੋਕੀ ਉਂਗਲਾਂ ਕਰ ਕਰਕੇ ਪੁੱਛਦੇ ਆ ਵੀ ਇਹ ਕਿੱਥੋਂ ਦਾ ਭਲਵਾਨ ਜਗਦੀਪ ਸਿੰਘ ਹਰੀਕੇ ਕਲਾਂ ਦਾ ਬ੍ਰਾਂਡ ਮਾਸਟਰ ਬੜੇ ਸੁਲਝਾਏ ਹੋਏ ਫੈਸਲੇ ਦੇ ਰਿਹਾ ਹੈ ਖੇਡ ਮੈਦਾਨ ਵਿੱਚ ਕਬੱਡੀ ਪਿੰਦੇ ਦੀ ਹੈ ਇੱਕ ਰੌਲੀ ਪਿੰਡ ਦਾ ਪਿੰਦੀ ਮਸ਼ਹੂਰ ਕਬੱਡੀ ਦਾ ਖਿਡਾਰੀ ਹੈ ਅੱਜ ਭਾਵੇਂ ਕੈਨੇਡਾ ਦੇ ਵਿੱਚ ਬੈਠਾ ਹੈ ਹਾਂਜੀ ਭਾਜੀ ਸਾਹਿਬ ਦੋ ਮਿੰਟ ਦਿਓ ਜੀ ਹਾਂਜੀ ਤਰਸੇਮ ਸਿੰਘ ਜੀ ਸਰਾਂ ਸਵਰਨ ਸਿੰਘ ਖਹਿਰਾ ਮਹਿੰਦਰ ਸਿੰਘ ਹਾਕਮ ਗੁਰਚਰਨ ਸਿੰਘ ਗਿੱਲ ਟੇਕ ਸਿੰਘ ਸਰਾਂ ਬਾਬਾ ਕਾਲੇ ਸ਼ਾਹ ਜੀ ਪਿਆਰਾ ਸਿੰਘ ਜੀ ਥਿੰਦ ਅਜਮੇਰ ਡੀਜੇ ਵਾਲੇ ਗੁਰਨਾਮ ਸਿੰਘ ਸੰਧੂ ਭੁਪਿੰਦਰ ਸਿੰਘ ਵੈਟਨਰੀ ਡਾਕਟਰ ਰਣਜੋਤ ਸਿੰਘ ਬਰਾੜ ਜੀ ਗੁਰਚਰਨ ਸਿੰਘ ਸਾਨੋ ਪਿਆਰਾ ਸਿੰਘ ਨਿਸ਼ਾਨ ਸਿੰਘ ਸੰਧੂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਬਲਦੇਵ ਸਿੰਘ ਮੈਂਬਰ ਸਾਧਾ ਸਿੰਘ ਫੈਕਟਰੀ ਵਾਲੇ ਹਰਜਿੰਦਰ ਸਿੰਘ ਸੰਘਾ ਕੁਲਜਿੰਦਰ ਸਿੰਘ ਗਿੱਲ ਜੀ ਹਾਂਜੀ ਇਹਨਾਂ ਚੋਂ ਕੋਈ ਵੀਰ ਸਨਮਾਨ ਲੈਣ ਪਹੁੰਚੋ ਜੀ ਮਾਸਟਰ ਬਲਦੇਵ ਸਿੰਘ ਜੀ ਦਲਜੀਤ ਸਿੰਘ ਸੰਘਾ ਸਵਰਨ ਸਿੰਘ ਖਹਿਰਾ ਮਹਿੰਦਰ ਸਿੰਘ ਹਾਕਮ ਗੁਰਚਰਨ ਸਿੰਘ ਗਿੱਲ ਬਾਬਾ ਕਾਲੇ ਸ਼ਾਹ ਜੀ ਪਿਆਰਾ ਸਿੰਘ ਥਿੰਦ ਅਜਮੇਰ ਸਿੰਘ ਡੀਜੇ ਗੁਰਨਾਮ ਸਿੰਘ ਸੰਧੂ ਭੁਪਿੰਦਰ ਸਿੰਘ ਵੈਟਰਨਰੀ ਡਾਕਟਰ ਰਣਜੋਤ ਸਿੰਘ ਬਰਾੜ ਜੀ ਗੁਰਚਰਨ ਸਿੰਘ ਸਾਨੂੰ ਪਿਆਰਾ ਸਿੰਘ ਜੀ ਨਾਲ ਹੀ ਇੱਕ ਵਾਰ ਜੀ ਟੀਮਾਂ ਬੁਲਾਵਾਂਗੇ ਆਪਾਂ ਅਗਲਾ ਮੈਚ ਵਿਚਾਕੀ ਮੱਲ ਸਿੰਘ ਤੇ ਬਾਪੂ ਹੀਰਾ ਦਾ ਸਕ੍ਰਮ ਮੱਲਾ ਜਲਦੀ ਤੋਂ ਜਲਦੀ ਸਾਡੇ ਲਾਗੇ ਆ ਜਾਣ ਕਿਉਂਕਿ ਸਟੇਜ ਦੇ ਉੱਤੇ ਪਿਆਰੀਆਂ ਸ਼ਖਸੀਅਤਾਂ ਨੂੰ ਮਾਨ ਸਨਮਾਨ ਵੀ ਦਿੱਤੇ ਜਾ ਰਹੇ ਨੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਬਲਜੀਤ ਸਿੰਘ ਜੀ ਸਾਡੇ ਬਾੜਾ ਜੈਦਾਂ ਵਾਲੇ ਤੋਂ ਵਿਸ਼ੇਸ਼ ਤੌਰ ਤੇ ਪ੍ਰਧਾਨ ਸਾਹਿਬ ਪੁੱਜੇ ਨੇ 2 ਤੇ 3 ਮਾਰਚ ਦੇ ਸੱਦੇ ਦੇ ਰਹੇ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਉੱਥੇ ਵੀ ਇਕੱਠੇ ਹੋਣਾ ਸਾਹਮਣੇ ਕਬੱਡੀ ਪਿੰਦੇ ਦੀ ਪੈ ਰਹੀ ਹੈ ਆਓ ਸਾਹਮਣੇ ਦੇਖੀਏ ਇਸ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਕਿ ਬਾਜ ਪੁਰਸ਼ ਦਾ ਰਾਹ ਦੀ ਰਾਹ ਸਿਆਉਂਦੇ ਦੁੱਧਾ ਬਾਜ ਨੇ ਰਿਜਦੀ ਖੀਰ ਸਾਈ ਫਕਰ ਕੁੱਲ ਜਹਾਨ ਦਾ ਆਸਰਾ ਨੇ ਦਿੰਦੇ ਜੀਵ ਦੀ ਬਦਲ ਤਕਦੀਰ ਸਾਈ ਪੀਰ ਪਕੜ ਕੇ ਲਾਮ ਦਾ ਤੁਰਤ ਬੰਨੇ ਤੇ ਸੰਤ ਰੱਬ ਦੇ ਹੁੰਦੇ ਨਜ਼ਦੀਕ ਸਾਈ ਸੰਤ ਰੱਬ ਦੇ ਹੁੰਦੇ ਨਜ਼ਦੀਕ ਸਾਈ ਹਾਂਜੀ ਭਾਜੀ ਸਟੇਜ ਤੋਂ ਬੋਲੋ ਨਾਮ ਜਿਹਨਾਂ ਨੂੰ ਮਾਨ ਦੇਣੇ ਨੇ ਅਗਲੀਆਂ ਟੀਮਾਂ ਮਚਾਕੀ ਮੱਲ ਸਿੰਘ ਬਾਓ ਲੱਖਿਆ ਇੱਕ ਲੱਖਾ ਮੇਰ ਸਿੰਘ ਵਾਲੇ ਦਾ ਹੈ 2 ਤਰੀਕ ਨੂੰ ਉਹ ਵੀ ਬੰਧਨ ਦੇ ਵਿੱਚ ਵੱਜਣ ਜਾ ਰਿਹਾ ਮੇਰ ਸਿੰਘ ਵਾਲੇ ਦਾ ਲੱਖਾ ਤੇ ਇੱਕ ਮਾਲੇ ਦਾ ਲੱਖਾ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ ਗੁਰਪ੍ਰੀਤ ਖੁਸ਼ ਆ ਮੈਨੂੰ ਲੱਗਦਾ ਕੋਈ ਗੜਬੜ ਹੈ ਲਓ ਸਾਹਮਣੇ ਕਬੱਡੀ ਫਿਰ ਸਾਹਮਣੇ ਪਿੰਦੇ ਦੀ ਪੈਂਦੀ ਹੈ ਚੜ੍ਹਦੀ ਜਵਾਨੀ ਹੋਵੇ ਤੇ ਭਾਰ ਪੱਖੋਂ ਫੁੱਲ ਹੋਵੇ ਨਸ਼ਾ ਨਾ ਕੋਈ ਖਾਂਦਾ ਹੋਵੇ ਤੇ ਘਰੋਂ ਪੂਰੀ ਖੁੱਲ ਹੋਵੇ ਆਓ ਸਾਹਮਣੇ ਕੌਡੀ ਦਾ ਮੈਦਾਨ ਹੋਵੇ ਤੇ ਪੈਂਦਾ ਕਿਉਂ ਨਾ ਮੁੱਲ ਹੋਵੇ ਲੱਲਿਆਂ ਝਮੇਲਾ ਹੋਵੇ ਪੈਂਦਾ ਕਿਉਂ ਨਾ ਮੁੱਲ ਹੋਵੇ ਕੇਵਲ ਸਿਆਹ ਤਿਆਰੀ ਖਿੱਚਲਾ ਕਰ ਜਵਾਨੀ ਨੂੰ ਯਾਦ ਨੌਜਵਾਨਾਂ ਬੱਲੇ ਬੱਲੇ ਕਰਾਈ ਨੌਜਵਾਨ ਨੇ ਚਾਹੇ 7 ਸਮੁੰਦਰਾਂ ਤੋਂ ਪਾਰ ਗੱਲ ਕਰੀਏ ਇਸ ਨੌਜਵਾਨ ਦੀ ਖੇਡ ਨੇ ਦੁਨੀਆ ਦੀਵਾਨੀ ਕਰ ਦਿੱਤੀ ਹੈ ਸੁਲਿਹਾਣੀ ਪਿੰਡ ਵਾਲਿਆ ਜਿੱਦਾਂ ਇੰਗਲੈਂਡ ਖੇਡਿਆ ਜਾ ਕੇ ਲਓ ਦੂਸਰੇ ਪਾਸੇ ਨੌਜਵਾਨ ਲਾ ਸੋਹਣਾ ਜੱਫਾ ਆਪਣੀ ਟੀਮ ਦੇ ਲਈ
ਅੰਕ ਦਾ ਵਾਧਾ ਕਰਦਾ ਹੋਇਆ। ਹਜੇ ਫਿਰ ਤੋਂ ਆਵਾਜ਼ ਦੇ ਰਿਹਾ ਜਿਹਨਾਂ ਦੇ ਸਨਮਾਨ ਰਹਿੰਦੇ ਆ, ਭਾਈ ਸਨਮਾਨ ਲੈ ਲਓ, ਮਾਸਟਰ ਬਲਦੇਵ ਸਿੰਘ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ, ਦਲਜੀਤ ਸਿੰਘ ਸੰਘਾ, ਸਵਰਨ ਸਿੰਘ ਖਹਿਰਾ, ਮਹਿੰਦਰ ਸਿੰਘ ਹਾਕਮ, ਬਾਬਾ ਕਾਲੇ ਸ਼ਾਹ ਜੀ ਅਜਮੇਰ ਡੀਜੇ ਵਾਲੇ, ਗੁਰਨਾਮ ਸਿੰਘ ਸੰਧੂ, ਭੁਪਿੰਦਰ ਸਿੰਘ ਬੈਟਰੀ, ਡਾਕਟਰ ਰਣਜੋਤ ਸਿੰਘ ਬਰਾੜ, ਗੁਰਚਰਨ ਸਿੰਘ ਸਾਨੂੰ ਪਿਆਰਾ, ਨਿਸ਼ਾਨ ਸਿੰਘ ਸੰਧੂ, ਬਲਦੇਵ ਸਿੰਘ ਮੈਂਬਰ, ਸਾਧਾ ਸਿੰਘ ਫੈਕਟਰੀ, ਕੁਲਜਿੰਦਰ ਸਿੰਘ ਗਿੱਲ, ਭੋਲਾ ਸਾਨੂੰ ਨਿਸ਼ਾਨ ਸਿੰਘ, ਭੋਲਾ ਭਾਈ ਸਨਮਾਨ ਲੈ ਲਓ ਆਪਣਾ, ਭੋਲਾ ਸਾਨੂੰ ਨਿਸ਼ਾਨ ਸਿੰਘ, ਸਰਦਾਰ ਬਖਤੌਰ ਸਿੰਘ ਜੀ ਗਿੱਲ ਪੰਡੂਰੀ ਖੱਤਰੀਆਂ ਵਾਲੇ, ਜਸਪ੍ਰੀਤ ਸਿੰਘ ਜੀ ਸਾਨੂੰ ਪਠਾਣਾ ਸਿੰਘ ਜੀ ਭੋਲੂ ਵਾਲਾ, ਮਾਸਟਰ ਬਲਵੰਤ ਸਿੰਘ ਜੀ ਕੈਨੇਡਾ ਤਲਵੰਡੀ ਭਾਈ ਵਾਲੇ, ਦਰਸ਼ਨ ਸਿੰਘ ਜੀ ਰਾਜਸਥਾਨ ਵਾਲੇ, ਜਿੱਦਾਂ ਜਿੱਦਾਂ ਸਾਡੇ ਵੀਰ ਅਨਾਊਂਸ ਕਰ ਰਹੇ ਨੇ ਦਾਨੀ ਸੱਜਣਾ ਨੂੰ, ਉਸੇ ਤਰ੍ਹਾਂ ਸਾਰੇ ਵੀਰ ਅੱਗੇ ਆਪਣੇ ਬੰਦੇ ਮਾਨ ਸਨਮਾਨ ਲੈ ਲੈਣ ਸਟੇਜ ਦੇ ਸਾਹਮਣੇ, ਜਿਹੜੇ ਮਾਨ ਦਿੱਤੇ ਜਾ ਰਹੇ ਨੇ ਦਾਨੀ ਭਰਾਵਾਂ ਨੂੰ, ਲਓ ਸਾਹਮਣੇ ਕਬੱਡੀ ਮੰਦਰ ਨੇ ਪਾ ਦਿੱਤੀ ਹੈ, ਆਓ ਸਾਹਮਣੇ ਦੇਖਿਓ ਨਾ, ਮੰਦਰ ਬੜਾ ਪਤੰਦਰ ਦਿੰਦਾ ਨੀ ਭੇਤ ਮਿੱਤਰੋ, ਤੇ ਬਹੁਤ ਸੋਹਣੀ ਕਹਿੰਦੇ ਕੌਡੀ ਖੇਡਦਾ ਸੋਹਣੀ ਹੈ ਸਨੇਤ ਮਿੱਤਰੋ, ਲੱਖਾ ਪੱਕੇ ਵਾਲਾ ਫਰੀਦਕੋਟੀਆ, ਮੈਨੂੰ ਲੱਗਦਾ ਬਲਦੇਵ ਸਿੰਘ ਜੀ ਤੁੰਨ ਕੇ ਜੱਫਾ ਲਾਵੇਗਾ, ਲਓ ਸਾਹਮਣੇ ਹਿੱਕ ਵਿੱਚ ਬਲ ਹੋਵੇ, ਤੇ ਲੋਕੀ ਤਾਂ ਪੁੱਛਦੇ ਸਰਨਾਵਾ ਵੀ ਹਰਜੀਤ ਕਰਾੜ ਜਿਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ, ਬਲਵੰਤ ਸਿੰਘ ਜੀ ਦੇ ਪੁੱਤ ਨੇ ਤਕੜੀ ਕਬੱਡੀ ਖੇਡੀ ਹੈ, ਭਾਵੇਂ ਕੈਨੇਡਾ ਦੇ ਵਿੱਚ ਵਸ ਗਿਆ ਪਰ ਦਿਲ ਆਪਣੇ ਵਤਨ ਦੇ ਨਾਲ ਲਾਇਆ ਹੋਇਆ, ਕਬੱਡੀ ਪਿੰਦੇ ਦੀ ਪੈਂਦੀ ਹੈ, ਗੋਰਾ 6 ਫੁੱਟ ਕਰਦਾ ਮੁੰਡੇ ਦਾ ਫੈਟ ਧਾਵੀ ਦਾ। ਹਾਂਜੀ ਹਾਂਜੀ, ਵਿਸ਼ੇਸ਼ ਧੰਨਵਾਦ ਜੀ ਸਰਦਾਰ ਬਲਦੇਵ ਸਿੰਘ ਜੀ ਸਲੀਨੇ ਵਾਲੇ, ਉਹਨਾਂ ਦਾ ਵਿਸ਼ੇਸ਼ ਸਨਮਾਨ, ਬਾਈ ਬਲਦੇਵ ਸਿੰਘ ਜੀ ਕਬੱਡੀ ਖਿਡਾਰੀ ਲੈ ਲੈਣ ਵਾਲੇ ਵੱਲੋਂ। ਹਾਂਜੀ ਜਸਵੰਤ ਕਾਲਾ ਜੀ, ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ ਬਾਈ ਬਲਦੇਵ ਸਿੰਘ ਜੀ ਵੱਲੋਂ, ਜਸਵੰਤ ਕਾਲਾ ਜੀ ਕਾਲੀਵਾਲ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ, ਮਾਸਟਰ ਬਲਵੰਤ ਸਿੰਘ ਜੀ ਤਲਵੰਡੀ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ, ਬਾਈ ਨਵਦੀਪ ਡੀਸੀ ਉਹਨਾਂ ਦੇ ਡੈਡੀ ਜੀ ਮਾਸਟਰ ਬਲਵੰਤ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ ਬਾਈ ਬਲਦੇਵ ਸਿੰਘ ਜੀ ਵੱਲੋਂ, ਦਰਸ਼ਨ ਸਿੰਘ ਜੀ ਰਾਜਸਥਾਨ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ, ਬਲਦੇਵ ਸਿੰਘ ਜੀ ਸਲੀਨੇ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ। ਬੜੇ ਪਿਆਰ ਦੇ ਨਾਲ ਦੋਹਾਂ ਟੀਮਾਂ ਨੂੰ ਕਹਾਂਗੇ, ਸਾਰੇ ਖਿਡਾਰੀਆਂ ਨੂੰ ਧਿਆਨ ਦੇ ਨਾਲ ਖੇਡਣਾ ਮੇਰੀ ਵੀਰ, ਪੂਰਾ ਖਿਆਲ ਦੇ ਨਾਲ, ਕਾਲਿਆ ਜਾਂ ਤਾਂ ਤੂੰ ਤਕੜਾ ਹੋ ਜਾ ਨੌਜਵਾਨਾਂ, ਜਾਂ ਫਿਰ ਭਾਊ ਨੂੰ ਕਹਿ ਦੇ ਜੈਤੋ ਵਾਲਿਆਂ ਨੂੰ, ਲਓ ਸਾਹਮਣੇ ਲੱਕੀ ਨੌਜਵਾਨ, ਲੱਤੀ ਲੱਗਿਆ ਨੌਜਵਾਨ, ਖੇਡ ਮੈਦਾਨ ਦੇ ਵਿੱਚ ਗੁੱਟ ਫੜਦੀ ਹੈ ਔਰ ਕੈਂਚੀ ਛੱਡਦੀ ਹੈ, ਬਹੁਤ ਹੀ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਅਗਲੀ ਕਬੱਡੀ ਬੱਬੂ ਦੀ ਹੈ, ਬਿਲਕੁਲ ਪੂਰਾ ਗੱਠਿਆ ਹੋਇਆ ਸਰੀਰ ਨੌਜਵਾਨ ਦਾ, ਕਿ ਗੱਠਿਆ ਸਰੀਰ ਇਹਦੀ ਸਿਫਤ ਕਰਾਂ, ਹੱਥ ਲੱਗ ਕੇ ਜਾਫੀ ਨੂੰ ਫੜਾਉਂਦਾ ਨੀ ਉਹ, ਸਾਹਮਣੇ ਪੱਕੇ ਵਾਲਾ ਮੁੰਡਾ ਤਿਆਰੀ ਦੇ ਵਿੱਚ ਹੈ, ਉਰਲੇ ਪਾਸੇ ਦੇਖਣਾ ਵੀ ਨੌਜਵਾਨ ਪੂਰੀ ਖਿੱਚ ਖਾਈ ਬੈਠਾ ਵੀ ਇਸ ਮੁੰਡੇ ਨੂੰ ਚੱਕਣਾ ਹੀ ਚੱਕਣਾ ਤੇ ਮੈਂ ਡੱਕਣਾ ਹੀ ਡੱਕਣਾ, ਰੈਫਰੀ ਦਾ ਫੈਸਲਾ ਅਟਲ ਹੋਵੇਗਾ, ਦੌਲੀ ਨੇ ਤਕੜੀ ਕਬੱਡੀ ਖੇਡੀ ਹੈ, ਆਓ ਸਾਹਮਣੇ ਪਿੰਡਾਂ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ ਬੋਚ ਬੋਚ ਪੱਬ ਰੱਖਦਾ ਵੀ ਤੈਨੂੰ ਨਸ਼ਾ ਜਵਾਨੀ ਦਾ, ਦੋਸ਼ ਕੋਈ ਨੀ ਤੇਰਾ, ਦੋਸ਼ ਤੇਰੀ ਅੱਖ ਮਸਤਾਨੀ ਦਾ, ਇੱਕ ਪਾਸੇ ਮੁੰਡਾ ਸਾਹਮਣੇ ਛਤੀਰ ਵਰਗਾ ਗੋਰਾ
ਸਾਹਮਣੇ ਉੱਡ ਕੇ ਨੌਜਵਾਨ ਨੇ ਹਿੱਕ ਦੇ ਨਾਲ ਹਿੱਕ ਟਕਰਾਈ ਹੈ। ਆਓ ਸਾਹਮਣੇ ਜ਼ੋਰ ਨਾਲ ਜਦੋਂ ਜ਼ੋਰ ਟਕਰਾਉਂਦਾ ਤੇ ਅੱਗ ਨਿਕਲਦੀ ਹੈ। ਫਿਰ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਕਬੱਡੀ ਮੰਦਰ ਦੀ ਹੈ, ਨੌਜਵਾਨ ਨੇ ਉਡਾਨ ਭਰ ਦਿੱਤੀ ਹੈ, ਸੱਚੇ ਪਾਤਸ਼ਾਹ ਤੋਂ ਓਟ ਲੈ ਲਈ ਹੈ। ਸਾਹਮਣੇ ਹੁਣ ਚਾਰ ਜਾਫੀ ਹੈ, ਪੱਕੇ ਵਾਲਾ ਕਹਿੰਦਾ ਮੈਨੂੰ ਛੱਡੋ, ਮੈਂ ਇਸ ਨੌਜਵਾਨ ਦੇ ਨਾਲ ਦੋ ਹੱਥ ਕਰਨੇ ਆ। ਹੁਣ ਦੇਖਣਾ, ਪਹਿਲਾਂ ਅੱਖਾਂ ਦੋ ਸੀ, ਹੁਣ ਚਾਰ ਹੋ ਚੁੱਕੀਆਂ। ਸਮੇਂ ਦਾ ਇੰਤਜ਼ਾਰ ਕਰਾਂਗੇ, ਕਦੇ ਗੁੱਟ ਫੜਦਾ ਨਹੀਂ ਰੀਸਾ, ਭੱਜ ਕਿਹੜੇ ਪਾਸੇ ਭੱਜਣਾ ਨੌਜਵਾਨ ਹੈ, ਹੱਥ ਘੁੱਟ ਕੇ ਫੜ ਲੈ ਵੇ। ਅਜੇ ਸਾਡੀ ਉਮਰ ਨਿਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ। ਹਾਂਜੀ, ਵਿਸ਼ੇਸ਼ ਸਨਮਾਨ ਕਰਨ ਜਾ ਰਹੇ ਨੇ ਮਾਸਟਰ ਬਲਦੇਵ ਸਿੰਘ ਜੀ, ਦਲਜੀਤ ਸਿੰਘ ਸੰਘਾ, ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ, ਮਹਿੰਦਰ ਸਿੰਘ ਹਾਕਮ, ਸਵਰ ਸਿੰਘ ਖਹਿਰਾ, ਅਜਮੇਰ ਸਿੰਘ ਡੀਜੇ ਵਾਲੇ, ਗੁਰਨਾਮ ਸਿੰਘ ਸੰਧੂ, ਭੁਪਿੰਦਰ ਸਿੰਘ।